ਦੋਸਤੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਐਂਤਨ ਚੈਖਵ ਦੀ ਲਿਖੀ ਕਹਾਣੀ ਸਲੀਪੀ ਦਾ ਪੰਜਾਬੀ ਅਨੁਵਾਦ ਉਨਿੰਦਰਾ। ਇਸ ਕਹਾਣੀ ਦਾ ਮੂਲ ਅਨੁਵਾਦ ਸਾਦਤ ਹਸਨ ਮੰਟੋ ਨੇ ਕੀਤਾ ਏ ਅਤੇ ਇਸ ਨੂੰ ਪੰਜਾਬੀ ਰੂਪ ਦਿੱਤਾ ਏ ਚਰਨ ਗਿੱਲ ਨੇ। ਰਾਤ 13 ਸਾਲਾਂ ਦੀ ਆਇਆ ਵਾਰਕਾ ਝੂਲੇ ਨੂੰ ਹੌਲੀ ਹੌਲੀ ਝੁਲਾ ਰਹੀ ਏ ਜਿਸ ਵਿੱਚ ਇੱਕ ਨਿੱਕਾ ਜਿਹਾ ਬੱਚਾ ਲੇਟਿਆ ਹੋਇਆ ਏ ਅਤੇ ਦੱਬੀ ਜ਼ਬਾਨ ਨਾਲ ਲੋਰੀ ਗੁਣਗੁਣਾ ਰਹੀ ਏ ਜੋ ਮਸਾਂ ਹੀ ਸੁਣਾਈ ਦੇ ਰਹੀ ਏ। ਸੋ ਜਾ ਮੇਰੇ ਸੋਹਣੇ ਚੰਨਾ ਸੋ ਜਾ। ਕਮਰੇ ਵਿੱਚ ਇੱਕ ਰੱਸੀ 'ਤੇ ਸਿਆਹ ਪਤਲੂਨ ਅਤੇ ਬੱਚੇ ਦੇ ਕੱਪੜੇ ਲਮਕ ਰਹੇ ਨੇ ਜਿਨ੍ਹਾਂ ਦੇ ਲੰਬੇ ਲੰਬੇ ਪਰਛਾਵੇਂ ਵਾਰਕਾ ਅਤੇ ਬੱਚੇ ਦੇ ਝੂਲੇ 'ਤੇ ਪੈ ਰਹੇ ਨੇ। ਲੈਂਪ ਦੀ ਬੱਤੀ ਦੇ ਨਾਲ ਨਾਲ ਪਰਛਾਵੇਂ ਵੀ ਨੱਚਣਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਤੇਜ਼ ਹਵਾ ਵਿੱਚ ਪੱਤੇ ਕੰਬ ਰਹੇ ਹੋਣ। ਕਮਰੇ ਵਿੱਚ ਬੜਾ ਹੁੰਮਸ ਹੋ ਰਿਹਾ ਏ ਅਤੇ ਇੱਦਾਂ ਲੱਗ ਰਿਹਾ ਏ ਜਿਵੇਂ ਗੋਭੀ ਦਾ ਬਦਬੂਦਾਰ ਸੂਪ ਕੋਲ ਹੀ ਰੱਖਿਆ ਹੋਵੇ ਜਾਂ ਇਸ ਜਗ੍ਹਾ 'ਤੇ ਕਿਸੇ ਬੂਟ ਬਣਾਉਣ ਵਾਲੇ ਦੀ ਦੁਕਾਨ ਹੋਵੇ। ਬੱਚਾ ਰੋ ਰਿਹਾ ਏ, ਲੰਬੇ ਸਮੇਂ ਤੋਂ ਰੋਂਦਾ, ਹੁਣ ਥੱਕ ਗਿਆ ਲੱਗਦਾ ਏ ਪਰ ਫਿਰ ਵੀ ਰੋਈ ਜਾ ਰਿਹਾ ਏ ਅਤੇ ਇਹ ਪਤਾ ਨਹੀਂ ਕਦੋਂ ਚੁੱਪ ਹੋਵੇ। ਵਿਚਾਰੀ ਵਾਰਕਾ ਨੂੰ ਨੀਂਦ ਆ ਰਹੀ ਏ, ਨੀਂਦ ਦੇ ਹਾਵੀ ਹੋਣ ਨਾਲ ਅੱਖਾਂ ਬੰਦ ਹੋ ਰਹੀਆਂ ਨੇ, ਸਿਰ ਅੱਗੇ ਨੂੰ ਝੁਕਿਆ ਜਾ ਰਿਹਾ ਏ, ਗਰਦਨ ਵਿੱਚ ਲੋਹੜਿਆਂ ਦਾ ਦਰਦ ਹੋ ਰਿਹਾ ਏ। ਉਸ ਵਿੱਚ ਇੰਨੀ ਤਾਕਤ ਨਹੀਂ ਕਿ ਬੁੱਲ ਜਾਂ ਪਲਕਾਂ ਨੂੰ ਹਿਲਾ ਸਕੇ। ਉਸਨੂੰ ਇੱਦਾਂ ਲੱਗ ਰਿਹਾ ਏ ਕਿ ਉਸਦਾ ਸਿਰ ਲੱਕੜ ਵਾਂਗ ਖੁਸ਼ਕ ਹੋ ਗਿਆ ਏ ਅਤੇ ਸੁੱਕ ਕੇ ਸੂਈ ਦੀ ਨੋਕ ਦੇ ਸਮਾਨ ਰਹਿ ਗਿਆ ਏ। ਸੌ ਜਾ ਮੇਰੇ ਸੋਹਣੇ ਚੰਨਾ ਸੌ ਜਾ, ਉਹ ਗੁਣਗੁਣਾ ਰਹੀ ਏ। ਬੀਂਡਾ ਦਰਦਨਾਕ ਰਾਗ ਅਲਾਪ ਰਿਹਾ ਏ। ਨਾਲ ਵਾਲੇ ਕਮਰੇ 'ਚ ਪਿਆ ਮਾਲਕ ਅਤੇ ਉਸਦਾ ਸ਼ਗਿਰਦ ਅਫਾਨ ਸੀ ਮੌਜਾਂ ਨਾਲ ਘੁਰਾੜੇ ਮਾਰੀ ਜਾਂਦੇ ਨੇ। ਪੰਘੂੜੇ ਦੀ ਚਿੜਚਿੜ ਅਤੇ ਵਾਰਕਾ ਦਾ ਗੁਣਗੁਣਾਉਣਾ, ਇਹ ਸਾਰੀਆਂ ਆਵਾਜ਼ਾਂ ਮਿਲ ਕੇ ਇੱਕ ਸੁਖਦਾਇਕ ਰਾਗ ਪੈਦਾ ਕਰ ਰਹੀਆਂ ਨੇ, ਪਰ ਉਹਨਾਂ ਲਈ ਜੋ ਬਿਸਤਰ ਵਿੱਚ ਆਰਾਮ ਨਾਲ ਲੇਟ ਰਹੇ ਹੋਣ। ਵਾਰਕਾ ਨੂੰ ਇਸ ਸਮੇਂ ਇਹ ਰਾਗ ਤਕਲੀਫ ਦੇ ਅਤੇ ਜ਼ਾਲਮਾਨਾ ਲੱਗ ਰਿਹਾ ਏ, ਇਸ ਲਈ ਕਿ ਇਸ ਦੀ ਮੌਜੂਦਗੀ ਵਿੱਚ ਵਾਰਕਾ ਦਾ ਸੌਂ ਜਾਣਾ ਯਕੀਨੀ ਹੈ। ਅਤੇ ਜੇ ਵਾਰਕਾ ਖੁਦਾ ਨਾ ਕਰੇ ਸੌਂ ਜਾਏ ਤਾਂ ਉਸਦਾ ਮਾਲਕ ਅਤੇ ਮਾਲਕਣ ਉਸਦੀ ਖੂਬ ਮਾਰ ਪਿਟਾਈ ਕਰਨ। ਲੈਂਪ ਦੀ ਬੱਤੀ ਕੰਬਣ ਲੱਗਦੀ ਏ ਅਤੇ ਸਰਸਬਜ਼ ਰੌਸ਼ਨੀ ਦੇ ਧੱਬੇ ਅਤੇ ਲੰਬੇ ਲੰਬੇ ਪਰਛਾਵੇਂ ਹਰਕਤ ਕਰਨ ਲੱਗ ਜਾਂਦੇ ਨੇ ਜੋ ਵਾਰਕਾ ਦੀਆਂ ਅੱਧ ਖੁੱਲ੍ਹੀਆਂ ਨੀਂਦ ਭਰੀਆਂ ਅੱਖਾਂ ਅਤੇ ਥੱਕੇ ਹੋਏ ਦਿਮਾਗ ਦੇ ਸਾਹਮਣੇ ਧੁੰਦ ਵਿੱਚ ਲਿਪਟੀਆਂ ਹੋਈਆਂ ਤਸਵੀਰਾਂ ਲੱਗਦੀਆਂ ਨੇ। ਹੁਣ ਉਸਦੀਆਂ ਨਜ਼ਰਾਂ ਵਿੱਚ ਇਹ ਧੁੰਦਲੀਆਂ ਤਸਵੀਰਾਂ ਸਿਆਹ ਬੱਦਲ ਬਣ ਜਾਂਦੀਆਂ ਨੇ ਜੋ ਅਸਮਾਨ ਵਿੱਚ ਇੱਕ ਦੂਜੇ ਦਾ ਪਿੱਛਾ ਕਰ ਰਹੀਆਂ ਹੋਣ। ਅਚਾਨਕ ਹਵਾ ਚੱਲਦੀ ਏ ਜੋ ਬੱਦਲਾਂ ਨੂੰ ਖੰਡਿਆ ਦਿੰਦੀ ਏ ਅਤੇ ਹੁਣ ਵਾਰਕਾ ਗਾਰੇ ਨਾਲ ਭਰੀ ਹੋਈ ਇੱਕ ਵਸੀਹ ਸੜਕ ਨੂੰ ਦੇਖਦੀ ਏ ਜਿਸ ਦੇ ਸੱਜੇ ਖੱਬੇ ਛਕੜੇ ਕਤਾਰਦਾਰ ਕਤਾਰ ਖੜ੍ਹੇ ਹਨ ਅਤੇ ਵਿਚਾਲੇ ਮਜ਼ਦੂਰ ਥੱਕੇ ਟੁੱਟੇ ਮੋਢਿਆਂ ਉੱਤੇ ਝੋਲੇ ਚੁੱਕ ਤੁਰੇ ਜਾ ਰਹੇ ਨੇ। ਅਚਾਨਕ ਇਹ ਮਜ਼ਦੂਰ ਆਪਣੇ ਝੋਲਿਆਂ ਸਮੇਤ ਗਾਰੇ ਵਿੱਚ ਡਿੱਗ ਪੈਂਦੇ ਨੇ। ਤੁਸੀਂ ਕਿਉਂ ਗਿਰ ਰਹੇ ਹੋ? ਵਾਰਕਾ ਉਹਨਾਂ ਨੂੰ ਸਵਾਲ ਕਰਦੀ ਏ ਅਤੇ ਉਹ ਜਵਾਬ ਦਿੰਦੇ ਨੇ, ਸੌਣ ਦੇ ਲਈ। ਇਹ ਕਹਿ ਕੇ ਉਹ ਗੂੜੀ ਅਤੇ ਮਿੱਠੀ ਨੀਂਦ ਸੌਂ ਜਾਂਦੇ ਨੇ ਜਦਕਿ ਕਾਂ ਅਤੇ ਨੀਲਕੰਠ ਬਿਜਲੀ ਦੀਆਂ ਤਾਰਾਂ 'ਤੇ ਬੈਠੇ ਉਹਨਾਂ ਨੂੰ ਜਗਾਉਣ ਦੇ ਲਈ ਬੱਚਿਆਂ ਵਾਂਗ ਚੀਕਾਂ ਮਾਰ ਰਹੇ ਹੁੰਦੇ ਨੇ। ਸੌਂ ਜਾ ਮੇਰੇ ਸੋਹਣੇ ਚੰਨਾ ਸੌਂ ਜਾ, ਵਾਰਕਾ ਗੁਣਗੁਣਾਉਂਦੀ ਏ ਅਤੇ ਆਪਣੇ ਆਪ ਨੂੰ ਇੱਕ ਤੰਗ ਤਾਰ ਝੋਪੜੀ ਵਿੱਚ ਪਾਉਂਦੀ ਏ ਜਿੱਥੇ ਉਸਦਾ ਮਰਿਆ ਹੋਇਆ ਪਿਓ ਦਰਦ ਨਾਲ ਜ਼ਮੀਨ 'ਤੇ ਪਲਸੇਟੇ ਲੈ ਰਿਹਾ ਏ। ਦਰਦ ਵੀ ਇੰਨਾ ਭੈੜਾ ਏ ਕਿ ਉਹ ਸਿਵਾਏ ਹਾਏ ਦੇ ਹੋਰ ਕੁਝ ਨਹੀਂ ਬੋਲ ਸਕਦਾ। ਉਸਦੀ ਮਾਂ ਪਲੇਗਿਆ ਵੀ ਘਰ ਵਿੱਚ ਮੌਜੂਦ ਨਹੀਂ ਕਿਉਂਕਿ ਉਹ ਮਾਲਕ ਨੂੰ ਖਬਰ ਦੇਣ ਗਈ ਹੋਈ ਹੈ ਕਿ ਯਾਫੀਨ ਮਰ ਰਿਹਾ ਏ। ਉਸਨੂੰ ਗਈ ਹੋਈ ਨੂੰ ਕਾਫ਼ੀ ਸਮਾਂ ਹੋ ਚੁੱਕਿਆ ਏ, ਹਾਲਾਂਕਿ ਉਸ ਸਮੇਂ ਤੱਕ ਉਸਨੂੰ ਵਾਪਸ ਆ ਜਾਣਾ ਚਾਹੀਦਾ ਸੀ। ਵਾਰਕਾ ਅੰਗੀਠੀ ਕੋਲ ਖਾਮੋਸ਼ ਬੈਠੀ ਹੋਈ ਆਪਣੇ ਪਿਓ ਨੂੰ ਕਰਾਉਂਦੇ ਹੋਏ ਸੁਣ ਰਹੀ ਹੈ। ਅਚਾਨਕ ਝੋਪੜੀ ਦੇ ਬਾਹਰ ਕਿਸੇ ਗੱਡੀ ਦੀ ਆਵਾਜ਼ ਸੁਣਦੀ ਏ। ਇੰਨੇ ਨੂੰ ਇੱਕ ਜਵਾਨ ਡਾਕਟਰ ਅੰਦਰ ਦਾਖਲ ਹੁੰਦਾ ਏ ਜਿਸ ਦਾ ਚਿਹਰਾ ਹਨੇਰੇ ਕਰਕੇ ਚੰਗੀ ਤਰ੍ਹਾਂ ਨਜ਼ਰ ਨਹੀਂ ਆਉਂਦਾ। ਵਾਰਕਾ ਉਸਨੂੰ ਇੰਨਾ ਕਹਿੰਦੇ ਹੋਏ ਸੁਣਦੀ ਏ, ਚਾਨਣ ਕਰੋ,
ਜਵਾਬ ਵਿੱਚ ਯਾਫੀਨ ਹਾਏ ਦੇ ਬਿਨਾਂ ਹੋਰ ਕੁਝ ਨਹੀਂ ਕਹਿ ਸਕਦਾ। ਪਲੇਗਿਆ ਮਾਚਿਸ ਲੱਭਣ ਲਈ ਅੰਗੀਠੀ ਵੱਲ ਦੌੜਦੀ ਹੈ। ਇੱਕ ਮਿੰਟ ਮੁਕੰਮਲ ਖਾਮੋਸ਼ੀ ਵਿੱਚ ਗੁਜ਼ਰ ਜਾਂਦਾ ਹੈ। ਉਸ ਦੇ ਬਾਅਦ ਡਾਕਟਰ ਆਪਣੀ ਜੇਬ ਵਿੱਚੋਂ ਮਾਚਿਸ ਕੱਢ ਕੇ ਚਾਨਣ ਕਰਦਾ ਹੈ। ਜਨਾਬ ਜ਼ਰਾ ਇਸ ਨੂੰ ਜਗਦੀ ਹੀ ਰੱਖਿਓ, ਮੈਂ ਹੁਣੇ ਆਈ। ਇਹ ਕਹਿੰਦੀ ਹੋਈ ਪਲੇਗਿਆ ਝੌਂਪੜੀ ਦੇ ਬਾਹਰ ਦੌੜ ਕੇ ਮੋਮਬੱਤੀ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਆਉਂਦੀ ਹੈ। ਯਾਫੀਨ ਦੀਆਂ ਗੱਲਾਂ ਲਾਲ ਹੋ ਰਹੀਆਂ ਨੇ ਅਤੇ ਉਸ ਦੀਆਂ ਅੱਖਾਂ ਵੀ ਥੋੜ੍ਹੀਆਂ ਥੋੜ੍ਹੀਆਂ ਚਮਕ ਰਹੀਆਂ ਹਨ, ਜਿਵੇਂ ਉਹ ਝੌਂਪੜੀ ਅਤੇ ਡਾਕਟਰ ਨੂੰ ਚੀਰਦੀਆਂ ਹੋਈਆਂ ਕਿਸੇ ਹੋਰ ਚੀਜ਼ 'ਤੇ ਗੌਰ ਕਰ ਰਹੀਆਂ ਹੋਣ। ਬਈ ਕੀ ਸੋਚ ਰਿਹਾ ਏ, ਕਦੋਂ ਤੋਂ ਇਹ ਤਕਲੀਫ ਏ, ਡਾਕਟਰ ਨੇ ਉਸ ਵੱਲ ਝੁਕਦੇ ਹੋਏ ਕਿਹਾ। ਜਨਾਬ ਮਰ ਰਿਹਾ, ਮੇਰਾ ਸਮਾਂ ਨੇੜੇ ਆ ਗਿਆ ਏ, ਘੜੀ ਪਲ 'ਚ ਮੈਂ ਇਸ ਦੁਨੀਆ ਤੋਂ ਚਲਾ ਜਾਵਾਂਗਾ। ਬਕਵਾਸ ਨਾ ਕਰ, ਅਸੀਂ ਤੈਨੂੰ ਠੀਕ ਕਰ ਦਿਆਂਗੇ। ਤੁਹਾਡੀ ਇਸ ਦਿਆਲਤਾ ਲਈ ਅਸੀਂ ਗਰੀਬ ਸ਼ੁਕਰਗੁਜ਼ਾਰ ਹਾਂ ਜਨਾਬ, ਪਰ ਸਿਰਫ ਮਰਨ ਵਾਲਾ ਹੀ ਜਾਣਦਾ ਏ ਜਦ ਮੌਤ ਹੁੰਦੀ ਏ ਤਾਂ ਫਿਰ ਉਸ ਤੋਂ ਬਚਣਾ। ਡਾਕਟਰ ਯਾਸੀਫ ਨੂੰ ਅੱਧਾ ਕੁ ਘੰਟਾ ਦੇਖਣ ਤੋਂ ਬਾਅਦ ਕਹਿੰਦਾ ਏ, ਮਾਮਲਾ ਮੇਰੀ ਸਮਝ ਤੋਂ ਬਾਹਰ ਏ, ਤੁਸੀਂ ਕਿਸੇ ਹਸਪਤਾਲ ਚਲੇ ਜਾਓ, ਉੱਥੇ ਹੀ ਤੁਹਾਡਾ ਇਲਾਜ ਹੋ ਸਕਦਾ ਏ। ਜਲਦੀ ਜਾਓ, ਬਹੁਤ ਦੇਰ ਹੋ ਚੁੱਕੀ ਏ ਅਤੇ ਹਸਪਤਾਲ ਵਾਲੇ ਸਹੁਰੇ ਹੋਣਗੇ। ਪਰ ਫਿਕਰ ਵਾਲੀ ਕੋਈ ਗੱਲ ਨਹੀਂ, ਮੈਂ ਤੁਹਾਨੂੰ ਇੱਕ ਪਰਚੀ ਲਿਖ ਦਿੰਦਾ, ਸੁਣਦੇ ਹੋ ਜਾਂ ਨਹੀਂ? ਮਿਹਰਬਾਨੀ ਜਨਾਬ, ਪਰ ਉਹ ਇੰਨੀ ਦੂਰ ਪੈਦਲ ਕਿਸ ਤਰ੍ਹਾਂ ਜਾਵੇ, ਸਾਡੇ ਕੋਲ ਕੋਈ ਘੋੜਾ ਨਹੀਂ, ਪਲੇਗਿਆ ਨੇ ਨੌਜਵਾਨ ਡਾਕਟਰ ਨੂੰ ਕਿਹਾ। ਫਿਕਰ ਨਾ ਕਰੋ, ਮੈਂ ਤੁਹਾਡੇ ਮਾਲਕ ਨੂੰ ਕਹਿ ਦਿੰਦਾ, ਉਹ ਤੁਹਾਨੂੰ ਘੋੜਾ ਦੇ ਦੇਵੇਗਾ। ਡਾਕਟਰ ਚਲਾ ਜਾਂਦਾ ਏ ਅਤੇ ਮੋਮਬੱਤੀ ਬੁੱਝ ਜਾਂਦੀ ਏ ਅਤੇ ਹੁਣ ਫਿਰ ਉਹੀ ਹਾਏ ਹਾਏ ਦੀ ਆਵਾਜ਼ ਸ਼ੁਰੂ ਹੋ ਜਾਂਦੀ ਏ। ਕੋਈ ਅੱਧੇ ਘੰਟੇ ਦੇ ਬਾਅਦ ਝੌਂਪੜੀ ਦੇ ਬਾਹਰ ਇੱਕ ਗੱਡੀ ਠਹਿਰਦੀ ਏ। ਇਹ ਗੱਡੀ ਛਕੜਾ ਸੀ ਜੋ ਯਾਫੀਨ ਨੂੰ ਹਸਪਤਾਲ ਲੈ ਜਾਣ ਲਈ ਉਸ ਦੇ ਮਾਲਕ ਨੇ ਭੇਜਿਆ ਸੀ। ਯਾਫੀਨ ਤਿਆਰ ਹੋ ਕੇ ਚਲਾ ਜਾਂਦਾ ਏ। ਹੁਣ ਦਿਨ ਚੜ ਆਇਆ ਏ, ਪਲੇਗਿਆ ਘਰ ਨਹੀਂ ਕਿਉਂਕਿ ਉਹ ਯਾਫੀਨ ਦੀ ਖਬਰ ਲੈਣ ਲਈ ਹਸਪਤਾਲ ਗਈ ਹੋਈ ਏ। ਕਿਤੋਂ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਏ ਅਤੇ ਵਾਰਕਾ ਕਿਸ ਨੂੰ ਆਪਣੀ ਆਵਾਜ਼ ਵਿੱਚ ਹੀ ਗੁਣਗੁਣਾਉਂਦੇ ਹੋਏ ਸੁਣਦੀ ਏ। ਸੌ ਜਾ ਮੇਰੇ ਸੋਹਣੇ ਚੰਨਾ ਸੌ ਜਾ। ਇੰਨੇ ਵਿੱਚ ਪਲੇਗਿਆ ਵਾਪਸ ਆਉਂਦੀ ਏ ਅਤੇ ਆਪਣੀ ਛਾਤੀ ਉੱਤੇ ਸਲੀਬ ਦਾ ਨਿਸ਼ਾਨ ਬਣਾਉਂਦੇ ਹੋਏ ਦੱਬੀ ਆਵਾਜ਼ ਵਿੱਚ ਕਹਿੰਦੀ ਏ, ਰਾਤ ਤਾਂ ਡਾਕਟਰਾਂ ਨੇ ਉਸਨੂੰ ਠੀਕ ਕਰ ਦਿੱਤਾ ਸੀ, ਪਰ ਸਵੇਰ ਹੁੰਦੇ ਹੀ ਉਹਨੇ ਆਪਣੀ ਰੂਹ ਰੱਬ ਦੇ ਹਵਾਲੇ ਕਰ ਦਿੱਤੀ। ਪਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਉਹ ਕਹਿੰਦੇ ਨੇ ਕਿ ਉਸਨੂੰ ਹਸਪਤਾਲ ਲਿਆਉਣ ਵਿੱਚ ਬਹੁਤ ਦੇਰ ਕਰ ਦਿੱਤੀ। ਵਾਰਕਾ ਇਹ ਸੁਣਦੇ ਹੀ ਪਾਗਲਾਂ ਵਾਂਗ ਸੜਕ ਉੱਤੇ ਰੋਣਾ ਸ਼ੁਰੂ ਕਰ ਦਿੰਦੀ ਏ, ਪਰ ਅਚਾਨਕ ਕੋਈ ਸ਼ਖਸ ਉਸਦੇ ਸਿਰ ਉੱਤੇ ਇੰਨੀ ਜ਼ੋਰ ਨਾਲ ਮਾਰਦਾ ਏ ਕਿ ਉਸਦਾ ਮੱਥਾ ਇੱਕ ਦਰਖਤ ਦੇ ਤਣੇ ਨਾਲ ਟਕਰਾਉਂਦਾ ਏ। ਅੱਖਾਂ ਉਠਾ ਕੇ ਵੇਖਦੀ ਹੈ ਤਾਂ ਸਾਹਮਣੇ ਉਸਨੂੰ ਆਪਣਾ ਮਾਲਕ ਨਜ਼ਰ ਆਉਂਦਾ ਏ। ਨਿਕੰਮੀ ਬੇਕਾਰ, ਬੱਚਾ ਰੋ ਰਿਹਾ ਏ ਅਤੇ ਤੂੰ ਘੋੜੇ ਵੇਚ ਕੇ ਸੁੱਤੀ ਪਈ ਏ, ਮਾਲਕ ਵਾਰਕਾ ਦੇ ਸਿਰ ਉੱਤੇ ਥੱਪੜ ਮਾਰਦਾ ਹੋਇਆ ਕਹਿੰਦਾ ਏ। ਵਾਰਕਾ ਸਿਰ ਨੂੰ ਹਲੂਣਾ ਦੇ ਕੇ ਝੂਲਾ ਚਲਾਉਣ 'ਤੇ ਲੋਰੀ ਦੇਣਾ ਸ਼ੁਰੂ ਕਰ ਦਿੰਦੀ ਏ। ਕਮਰੇ ਵਿੱਚ ਚਾਨਣ ਦੇ ਧੱਬੇ ਅਤੇ ਕੱਪੜਿਆਂ ਦੇ ਪਰਛਾਵੇਂ ਕੰਬਦੇ ਨੇ ਅਤੇ ਵਾਰਕਾ ਵੱਲ ਵੇਖ ਕੇ ਸਿਰ ਹਿਲਾਉਂਦੇ ਹੋਏ ਜਾਪਦੇ ਨੇ। ਥੋੜ੍ਹੀ ਦੇਰ ਬਾਅਦ ਸਭ ਚੀਜ਼ਾਂ ਫਿਰ ਵਾਰਕਾ ਦੇ ਦਿਮਾਗ ਉੱਤੇ ਕਾਬੂ ਪਾ ਲੈਂਦੀਆਂ ਨੇ। ਹੁਣ ਉਹ ਫਿਰ ਗਾਰੇ ਨਾਲ ਭਰੀ ਹੋਈ ਸੜਕ ਵੇਖਦੀ ਏ ਜਿਸ ਵਿੱਚ ਝੋਲਿਆਂ ਵਾਲੇ ਮਜ਼ਦੂਰ ਗੂੜੀ ਨੀਂਦ ਸੌਂ ਰਹੇ ਹਨ। ਉਹਨਾਂ ਨੂੰ ਸੁੱਤੇ ਵੇਖ ਕੇ ਵਾਰਕਾ ਦੇ ਦਿਲ ਵਿੱਚ ਵੀ ਖੁਆਇਸ਼ ਪੈਦਾ ਹੁੰਦੀ ਏ ਕਿ ਉਹ ਥੋੜ੍ਹੀ ਦੇਰ ਲਈ ਸੌਂ ਜਾਵੇ, ਪਰ ਉਸ ਦੇ ਨਾਲ ਉਸਦੀ ਮਾਂ ਪਲੇਗਿਆ ਏ ਜੋ ਉਸਨੂੰ ਅੱਗੇ ਧੱਕ ਰਹੀ ਏ। ਉਹ ਦੋਨੋਂ ਨੌਕਰੀ ਲੱਭਣ ਲਈ ਸ਼ਹਿਰ ਜਾ ਰਹੀਆਂ ਨੇ। ਰੱਬ ਦਾ ਵਾਸਤਾ ਕੁਝ ਦੇ ਦਿਓ, ਰੱਬ ਦੇ ਵਾਸਤੇ ਸਾਡੇ 'ਤੇ ਰਹਿਮ ਫਰਮਾਓ, ਉਸਦੀ ਮਾਂ ਰਾਹਗੀਰਾਂ ਤੋਂ ਭੀਖ ਮੰਗਦੀ ਏ। ਬੱਚਾ ਉਰੇ ਫੜਾ, ਇੱਕ ਜਾਣੂ ਆਵਾਜ਼ ਆਈ। ਉਹੀ ਆਵਾਜ਼ ਦੁਬਾਰਾ ਫਿਰ ਆਈ, ਬੱਚਾ ਫੜਾ ਉਰੇ, ਤੂੰ ਸੁਣ ਰਹੀ ਹੈ ਬਦਕਿਸਮਤ ਕੁੜੀਏ? ਇਹ ਸੁਣਦੇ ਹੀ ਵਾਰਕਾ ਛਾਲ ਮਾਰ ਕੇ ਖੜ੍ਹੀ ਹੋ ਜਾਂਦੀ ਏ ਅਤੇ ਆਪਣੇ ਆਲੇ ਦੁਆਲੇ ਵੇਖਦੀ ਏ ਕਿ ਪਤਾ ਕਰੇ ਮਾਮਲਾ ਕੀ ਏ। ਹੁਣ ਨਾ ਉਹ ਵੱਡੀ ਸੜਕ ਹੈ, ਨਾ ਉਸਦੀ ਮਾਂ ਪਲੇਗਿਆ ਅਤੇ ਨਾ ਹੀ ਉਹ ਲੋਕ ਜਿਨ੍ਹਾਂ ਤੋਂ ਭੀਖ ਮੰਗ ਰਹੀ ਸੀ। ਜੇਕਰ ਉਸ ਸਮੇਂ ਕੋਈ ਕਮਰੇ ਵਿੱਚ ਮੌਜੂਦ ਹੈ ਤਾਂ ਉਸਦੀ ਮਾਲਕਣ ਜੋ ਬੱਚੇ ਨੂੰ ਦੁੱਧ ਪਿਆਉਣ ਲਈ ਆਈ ਹੋਈ ਸੀ। ਵਾਰਕਾ ਖੜ੍ਹੀ ਇੰਤਜ਼ਾਰ ਕਰ ਰਹੀ ਏ ਕਿ ਉਹ ਮਾਲਕਣ ਦੇ ਦੁੱਧ ਪਿਆਉਣ ਦੇ ਬਾਅਦ ਬੱਚੇ ਨੂੰ ਫਿਰ ਲੈ ਲਵੇ।
खिड़कियां तो बाहर धुंधली जिही रोशनी नज़र आ रही है। कमरे में कपड़िया के परछावें ते चानण के धब्बे हौली हौली मध्यम पै रहे ने। थोड़ी देर बाद सूरज उग आवेगा। इसनू लै जा, बड़े समय तो रो रहा है, लगता इस उत्ते टूणा किया गया है। मालकन अपने कोट के बटन बंद करते हुए कहती है। वारका बच्चे झूले में पा दिंदी है तो चलाना शुरू कर दिंदी है। चानण के धब्बे ते परछावें लगभग गायब हो चुके हैं। हुण कमरे में अजिही कोई चीज़ मौजूद नहीं जो उसके दिमाग ते अखां उत्ते हावी हो सके, पर वो फिर भी पहलां दी तरह सौना चाहती है। वारका अपना सिर झूले के किनारे उत्ते रख के कोशिश करती है कि किसी ना किसी तरह नींद उत्ते काबू पा लवे, पर फजूल, उस दियां अखां मिचदियां जा रही हैं ते सिर पहलां वांग ही भारा हो रहा है। वारका अंगीठी विच कोले पा दे। वो दरवाजे तो अपने मालक की आवाज़ सुनती है। क्यों जो हुण समा हो गया है कि वारका उठ के घर के काम काज शुरू कर दे। झूले नूं छड्ड के कोला लियाउण लई भज्जी हुई गोदाम विच जांदी है। हुण वह बहुत खुश है, इसलिए कि शरीर जदों हरकत विच होवे तां नींद बहुत घट सताउंदी है। कोला लिया के वह अंगीठी गर्म करती है। हुण उस नूं महसूस हुंदा है कि उसका खुशक चेहरा खुशामदी हो रहा है ते ख्याल हौली हौली साफ हो रहे ने। वारका, समोवर गर्म कर, उसकी मालकन चिल्लाउंदी है। यह सुन के वारका लक्कड़ नूं छोटे छोटे टुकड़िया विच कटदी है ते अजे मचा नहीं पाई हुंदी कि एक ताज़ा हुक्म सुनदी है। वारका, मालक दे वड्डे बूट साफ कर। वह वड्डे बूटां नूं लैके फर्श ते बैठ जाती है ते सोचती है कि किन्ना चंगा होवे जे वह उस वड्डे बूट विच सिर रख के थोड़ा आराम कर लवे। अचानक वह बूट वड्डा होण लग जाता है ते सारे कमरे विच फैल जाता है। वारका दे हाथ विच बुरश डिग पैंदा है, पर वह सिर नूं हलूणा दे के अखां खोल लैंदी है ते अपने आले दुआले दीआं चीज़ां नूं इस अंदाज़ नाल देखण दी कोशिश करदी है तां कि वह वड्डियां हो के अखां दे सामने हरकत ना करन। वारका, पौड़ियां धो दे, इन्नियां मैलियां पौड़ियां देख के गाह की सोचणगे, मैं तां शर्म महसूस हुंदी है। वारका पौड़ियां धोण दे इलावा कमरा भी साफ कर दिंदी है ते फिर दूजे समोवर नूं गर्म करन दे बाद दुकान वल भज्जी जांदी है। उसने उत्थे बहुत सारे काम करने ने, उस कोल सिर खुरकन दी भी वेल नहीं, पर बावरची खाने विच मेज़ ते बैठ के आलू छिलन तो वध होर कोई तकलीफ दे काम नहीं हो सकता। वारका दा सिर मेज़ ते लुढ़कदा जा रहा है। आलू उस दियां अखां दे सामने नचदे नज़र आउंदे ने। चक उसके हाथ विचों फिसल जांदा है तो उसके कन्नां विच मालकन दी आवाज़ गूंज रही है जो उस कोल कूणियां तक कमीज़ चढ़ाई बुलंद आवाज़ विच गल्लां कर रही हुंदी है। सारा दिन कपड़े धोने, भांडे मांजने, खाना बनाउणा ते सिलाई करना भी आलू छिलण वांग तकलीफ दे है। कदे कदे इन्हां कम्मां तों तंग आ के वारका इन्नी बेताब हो जाती है कि नंगे फर्श ते ही सौ जावे। दिन गुजर जांदा है। खिड़कियां नूं कालियां हुंदियां वेख के वारका पुड़पुड़ियां नूं जोर नाल दबाउंदी है जो उसनूं सुक्की लकड़ वांग होईआं महसूस हुंदियां ने, ते पता नहीं क्यों एक बार मुस्कुराउंदी है। शाम दा वाधा होया हनेरा उस दियां अध खुल्लियां अखां लई जिवें नींद दा दावा लैके आंदा है, पर थोड़ी देर बाद मेहमान आ जांदे ने। वारका, समोवर गर्म कर, उसकी मालकन हुक्म दिंदी है। क्योंकि समोवर छोटा है इसलिए उसनू सारे मेहमानों नू चाह पियाउण लई उसनू पांच छे बार गर्म करना पैंदा है। चाह वरतौण दे बाद वारका एक घंटे तक उत्थे अगले हुक्म की उड़ीक विच खड़ी रहिंदी है। वारका भज के तीन बीयर दियां बोतलां खरीद लिया। इस ख्याल नाल कि तेज़ दौड़न नाल नींद ढल जाएगी, वारका बीयर खरीदन लई भज्जी भज्जी जांदी है। वारका, थोड़ी जी वोड़का ले आ। वारका, डट कढ़न वाली चाबी ले आ। वारका, एक हैरिंग मच्छी नूं साफ कर। आखिर मेहमान चले जांदे ने, कमरे की बत्ती बुझा दित्ती जांदी है ते मालक ते मालकन दोनों सौण चले जांदे ने। बच्चे दा झूला हिलाउंदी रह, वारका आखिरी हुक्म सुनदी है। अंगीठी विच बींडा दर्दनाक राग अलाप रहा है। चानण दे धब्बे ते कपड़िया दे परछावें दा नाच वारका दियां अखां उत्ते फिर काबज़ हो के उस दे दिमाग नूं धुंधला दिंदा है। सौं जा मेरे सोहणे चन्ना, सौं जा, वो गुणगुणाउणा शुरू कर दिंदी है। बच्चा रोंदा है ते रोंदे रोंदे थक जांदा है।
ਹੁਣ ਵਾਰਕਾ ਉਹੀ ਗਾਰੇ ਵਾਲੀ ਸੜਕ, ਝੋਲਿਆਂ ਵਾਲੇ ਮਜ਼ਦੂਰ, ਆਪਣੀ ਮਾਂ ਪਲੇਗਿਆ ਅਤੇ ਬਾਪ ਨੂੰ ਵੇਖਦੀ ਏ। ਉਹ ਉਹਨਾਂ ਧੁੰਦਲੀਆਂ ਤਸਵੀਰਾਂ ਨੂੰ ਚੰਗੀ ਤਰ੍ਹਾਂ ਸਮਝਦੀ ਏ, ਸਭ ਨੂੰ ਪਹਿਚਾਣਦੀ ਏ। ਪਰ ਅੱਧ ਸੁੱਤੀ ਹਾਲਤ ਵਿੱਚ ਉਹ ਉਸ ਤਾਕਤ ਨੂੰ ਜਿਸਨੇ ਉਸਦੇ ਹੱਥ ਪੈਰ ਬੰਨ ਰੱਖੇ ਨੇ, ਜੋ ਉਸਦੀ ਛਾਤੀ ਉੱਤੇ ਬੋਝ ਬਣ ਰਹੀ ਏ ਅਤੇ ਜੋ ਉਸਨੂੰ ਜਿਉਣ ਨਹੀਂ ਦਿੰਦੀ, ਨੂੰ ਸਮਝ ਨਹੀਂ ਸਕਦੀ। ਇਸ ਤਾਕਤ ਦੀ ਭਾਲ ਲਈ ਉਹ ਆਪਣੇ ਆਲੇ ਦੁਆਲੇ ਨਜ਼ਰ ਦੜਾਉਂਦੀ ਏ ਤਾਂ ਕਿ ਉਹ ਉਸਦੇ ਪੰਜਿਆਂ 'ਚੋਂ ਬਚ ਕੇ ਭੱਜ ਨਿਕਲੇ। ਪਰ ਫਜ਼ੂਲ, ਆਖਰਕਾਰ ਉਸ ਤਲਾਸ਼ ਤੋਂ ਤੰਗ ਆ ਕੇ ਉਹ ਉਸ ਤਾਕਤ ਨੂੰ ਲੱਭਣ ਦੀ ਆਖਰੀ ਕੋਸ਼ਿਸ਼ ਕਰਦੀ ਏ। ਉਹ ਆਪਣੀਆਂ ਸਾਰੀਆਂ ਸ਼ਕਤੀਆਂ ਖਰਚ ਕਰ ਦਿੰਦੀ ਏ ਰੌਸ਼ਨੀ ਦੇ ਨਾਚ, ਧੱਬਿਆਂ ਅਤੇ ਕੱਪੜਿਆਂ ਦੇ ਪਰਛਾਵਿਆਂ ਉੱਤੇ ਨਜ਼ਰ ਦੜਾਉਣ ਅਤੇ ਰੋਣ ਦੀ ਆਵਾਜ਼ ਨੂੰ ਸੁਣਨ ਦੇ ਬਾਅਦ ਉਹ ਦੁਸ਼ਮਣ ਨੂੰ ਲੱਭ ਲੈਂਦੀ ਏ ਜੋ ਉਸਨੂੰ ਜਿਉਣ ਨਹੀਂ ਦਿੰਦਾ। ਅਤੇ ਇਹ ਦੁਸ਼ਮਣ ਉਹ ਬੱਚਾ ਸੀ। ਅਤੇ ਇਸ ਖਿਆਲ ਨਾਲ ਉਹ ਹੱਸਦੀ ਏ ਕਿ ਇੰਨੇ ਆਸਾਨ ਮਸਲੇ ਦਾ ਹੱਲ ਉਹ ਪਹਿਲਾਂ ਨਹੀਂ ਕਰ ਸਕੀ। ਰੌਸ਼ਨੀ ਦੇ ਧੱਬੇ, ਕੱਪੜੇ ਦੇ ਪਰਛਾਵੇਂ ਅਤੇ ਬੀਂਡਾ ਵੀ ਮੁਸਕਰਾਉਂਦੇ ਅਤੇ ਹੈਰਾਨ ਜਾਪਦੇ ਸਨ। ਇਹ ਖਿਆਲ ਵਾਰਕਾ ਦੇ ਦਿਮਾਗ ਉੱਤੇ ਪੂਰੀ ਤਰ੍ਹਾਂ ਹਾਵੀ ਹੋ ਗਿਆ ਏ। ਸਟੂਲ ਤੋਂ ਉੱਠ ਕੇ ਮੁਸਕਰਾਉਂਦੀ ਹੋਈ ਬਿਨਾਂ ਅੱਖਾਂ ਝਪਕੇ ਉਹ ਕਮਰੇ ਵਿੱਚ ਟਹਿਲਣਾ ਸ਼ੁਰੂ ਕਰ ਦਿੰਦੀ ਏ। ਉਹ ਖੁਸ਼ ਹੈ ਅਤੇ ਇਹ ਖਿਆਲ ਉਸਦੀ ਖੁਸ਼ੀ ਨੂੰ ਦੁੱਗਣਾ ਕਰ ਰਿਹਾ ਏ ਕਿ ਥੋੜ੍ਹੇ ਸਮੇਂ ਬਾਅਦ ਉਹ ਜਿਸਨੇ ਉਸਦੇ ਹੱਥ ਪੈਰ ਬੰਨ ਰੱਖੇ ਹਨ ਮੌਜੂਦ ਨਹੀਂ ਹੋਵੇਗਾ। ਬੱਚੇ ਦੀ ਮੌਤ ਤੋਂ ਬਾਅਦ ਨੀਂਦ, ਨੀਂਦ ਅਤੇ ਸਿਰਫ ਨੀਂਦ। ਚਾਨਣ ਦੇ ਧੱਬਿਆਂ ਨੂੰ ਵੇਖ ਕੇ ਹੱਸਦੀ, ਅੱਖਾਂ ਚਪਕਾਉਂਦੀ ਅਤੇ ਉਂਗਲੀਆਂ ਨੂੰ ਹਰਕਤ ਵਿੱਚ ਲਿਆਉਂਦੀ ਹੋਈ ਵਾਰਕਾ ਬੱਚੇ ਦੇ ਝੂਲੇ ਵੱਲ ਵੱਧਦੀ ਏ। ਬੱਚੇ ਦੀ ਸੰਗੀ ਘੁੱਟ ਕੇ ਉਹ ਫੌਰਨ ਜ਼ਮੀਨ ਉੱਤੇ ਲੇਟ ਜਾਂਦੀ ਏ ਅਤੇ ਹੱਸਦੀ ਏ ਕਿ ਹੁਣ ਉਹ ਆਰਾਮ ਨਾਲ ਸੌਂ ਸਕੇਗੀ। ਥੋੜ੍ਹੀ ਦੇਰ ਬਾਅਦ ਉਹ ਗੂੜ੍ਹੀ ਨੀਂਦ ਸੌ ਜਾਂਦੀ ਏ, ਮੌਤ ਵਰਗੀ ਗੂੜ੍ਹੀ ਨੀਂਦ।